ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀਰ ਜੀ ਪਹੁੰਚੇ ਆ ਅੱਜ ਪਿੰਡ ਤਲਵਣ ਤੇ ਮੰਗੇ ਵੀਰ ਦੀ ਛਾਤਾ ਉਰੇ ਆਪਾਂ 6 ਸਾਲ ਪਹਿਲਾਂ ਲਗਾਇਆ ਸੀ ਹੂਟਰ ਸਿਸਟਮ ਤੇ ਬਾਈ ਹੁਣਾਂ ਦਾ ਇੱਕ ਫੁੱਡਾ ਸੀ ਨੀਚੇ ਉਹ ਹੋਰ ਕਵਰ ਕੀਤਾ ਅੱਜ ਤੇ ਸ਼ੌਂਕ ਕਰਾਵਾਂਗੇ ਤੁਹਾਨੂੰ ਕਬੂਤਰਾਂ ਦਾ ਜਿੱਥੇ ਜਾਈਦਾ ਲਗਭਗ ਸ਼ੌਂਕ ਆਪਾਂ ਕਰਾਉਂਦੇ ਰਹਿੰਦੇ ਹਾਂ ਤੇ ਵਧੀਆ ਬਾਜ਼ੀਆਂ ਛੱਡਦੇ ਨੇ ਮੰਗੇ ਵੀਰ ਹੁਣੀ ਤੇ ਉਸਤਾਦ ਨੇ ਇਹਨਾਂ ਦੇ ਬਿੰਦਰ ਚੰਦ ਵਾਜਾ ਜੀ ਉਹਨਾਂ ਵਾਲੇ ਹੀ ਲਗਭਗ ਕਬੂਤਰ ਨੇ ਬਾਕੀ ਬੰਦਾ ਕਬੂਤਰ ਹੋਰ ਵੀ ਬਥੇਰੇ ਇਕੱਠੇ ਕਰਦਾ ਆ ਮੇਨ ਨਸਲ ਜਿਹੜੀ ਹੈਗੀ ਆ ਉਸਤਾਦ ਬਿੰਦਰ ਚੰਦ ਵਾਜੇ ਵਾਲੀ ਆ ਅਤੇ ਖਿਡਾਰ ਕਿਹੜੀ ਆ ਉਹ ਵੀ ਗੱਲਬਾਤ ਕਰਦੇ ਹਾਂ ਕਿੱਥੋਂ ਕਿੱਦਾਂ ਬਾਈ ਉਹਨਾਂ ਦੀ ਪਹਿਲੇ ਵੀ ਵੀਡੀਓ ਆਈ ਆ ਕਈ ਵੀਡੀਓ ਆਉਂਦੀਆਂ ਰਹਿੰਦੀਆਂ ਹਰ ਪਲੇਅਰ ਦੀਆਂ ਕੁਝ ਨਵੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਆ ਉਹ ਮਿਲਦੀਆਂ ਰਹਿੰਦੀਆਂ ਆ ਮੰਗੇ ਵੀਰ ਜੀ ਕੀ ਹਾਲ ਆ ਹਾਂਜੀ ਠੀਕ ਠਾਕ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ ਦੇਖਣ ਵਾਲੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਜੀ ਇਹ ਜਿਹੜਾ ਹੈਗਾ ਫਲੋਰ ਤੋਂ ਇੱਕ ਸਾਈਡ ਨੂੰ ਦਰਿਆ ਦੇ ਕੰਢੇ ਅਤੇ ਸਤਲੁਜ ਦਰਿਆ ਦੇ ਕੰਢੇ ਦੇ ਨਾਲ ਹੀ ਪਿੰਡ ਆ ਤਲਵਣ ਅਤੇ ਬਾਈ ਉਹਨਾਂ ਨੇ ਸ਼ੌਂਕ ਬਹੁਤ ਵੱਡਾ ਕੀਤਾ ਹੋਇਆ ਇਕੱਲਾ ਇਕੱਲਾ ਕਬੂਤਰ ਵੀ ਦਿਖਾਵਾਂਗੇ ਅਤੇ ਅੱਜ ਤੋਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਕਿ 6 ਸਾਲ ਪਹਿਲਾਂ ਆਏ ਸੀਗੇ ਸੀ ਉਦੋਂ ਦਾ ਸ਼ੌਂਕ ਅਤੇ ਹੁਣ ਦੇ ਸ਼ੌਂਕ ਦੇ ਵਿੱਚ ਕਿੰਨਾ ਕੁ ਫਰਕ ਪਿਆ ਕਿੰਨੀਆਂ ਕੁ ਬਾਜ਼ੀਆਂ ਕਿਹੜੇ ਸੀਜ਼ਨ ਤੋਂ ਜਿੱਤਣੀਆਂ ਸ਼ੁਰੂ ਕੀਤੀਆਂ ਉਹ ਆਪਾਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ ਅਤੇ ਮੰਗੇ ਵੀਰੇ ਜਦੋਂ ਆਪਾਂ ਪਹਿਲਾਂ ਆਏ ਸੀਗੇ ਸੀ ਤੁਹਾਡੇ ਕੋਲ ਹਾਂਜੀ ਭਾਈ ਉਦੋਂ ਆਪਾਂ ਜਿਹੜੇ ਕਬੂਤਰ ਸੀਗੇ ਜਿਹੜੇ ਸਟਾਰਟਿੰਗ ਕੀਤੀ ਹੈਗੀ ਆ ਹਾਂਜੀ ਕਹਿਣ ਦਾ ਮਤਲਬ ਹਾਂਜੀ ਸ਼ੌਂਕ ਕਿੱਦਾਂ ਪਿਆ ਅਤੇ ਕਿੱਥੋਂ ਸਟਾਰਟਿੰਗ ਹੋਈ ਆਪਣੇ ਕਬੂਤਰਾਂ ਦੀ ਸਟਾਰਟਿੰਗ ਤਾਂ ਭਾਅ ਜੀ ਕਬੂਤਰਾਂ ਦੀ ਆਪਣੇ ਉਸਤਾਦ ਦੇ ਘਰੋਂ ਹੀ ਹੋਈ ਆ ਭਾਅ ਜੀ ਤਕਰੀਬਨ ਰੱਖ ਕੇ ਆਪਣਾ ਉਸਤਾਦ ਪਹਿਲਾਂ ਹੀ ਵਧੀਆ ਟੱਕਰ ਗਿਆ ਜਿੱਦਾਂ ਪਹਿਲਾਂ ਦੇਸੀ ਕਬੂਤਰ ਰੱਖੇ ਹੁੰਦੇ ਹੈਗੇ ਭਾਅ ਜੀ ਅੱਛਾ ਉਹਨਾਂ ਦਾ ਸ਼ੌਂਕ ਇਹ ਬਚਪਨ ਤੋਂ ਫਿਰ ਕਬੂਤਰ ਫੜ ਲਿਆ ਹੈਗਾ ਠੀਕ ਹੈ ਜੀ ਤਾਂ ਉਹ ਤੋਂ ਫਿਰ ਉਹ ਬਾਜ਼ੀਆਂ ਦਾ ਇੱਦਾਂ ਪੈ ਗਿਆ ਸ਼ੌਂਕ ਵੀ ਬਾਜ਼ੀਆਂ ਛੱਡੀ ਆਪਾਂ ਕਹੀਏ ਪਹਿਲਾਂ ਦੂਜੀ ਆਪਾਂ ਸ਼ੋਅ ਪੀਸ ਹੀ ਰੱਖੇ ਹੁੰਦੇ ਸੀ ਕਬੂਤਰ ਭਾਅ ਜੀ ਠੀਕ ਆ ਕਬੂਤਰ ਇੱਕ ਤਾਂ ਭੂੰਡੜੀ ਤੋਂ ਲਿਆਂਦੇ ਹੈਗੇ ਕਬੂਤਰ ਮੁੰਡੇ ਤੋਂ ਮੁੱਲ ਲਿਆਂਦੇ ਹੈਗੇ ਠੀਕ ਹੈ ਤਾਂ ਇੱਕ ਮੁੰਡੇ ਇੱਥੇ ਸ਼ੇਰਪੁਰ ਵਾ ਹਾਂਜੀ ਉਹਨਾਂ ਤੋਂ ਲਿਆਂਦੇ ਹੈਗੇ ਆਪਾਂ ਕਬੂਤਰ ਭਾਈ ਸਹੀ ਹੈ ਸਹੀ ਆ ਤਾਂ ਇੱਦਾਂ ਜਾਈ ਜਿੱਦਾਂ ਯਾਰਾਂ ਦੋਸਤਾਂ ਕੋਲ ਇੱਕ ਦੋ ਤਾਂ ਇੱਦਾਂ ਲਿਆਂਦੇ ਤਾਂ ਉਹਨਾਂ ਨੂੰ ਸ਼ੌਂਕ ਪੈ ਗਿਆ ਸੀ ਭਾਅ ਜੀ ਬਾਅਦ 'ਚ ਫਿਰ ਛੇਤੀ ਸਾਨੂੰ ਜਿੱਦਾਂ ਉੱਤਰ ਕੇ ਅਸੀਂ ਮੈਂ ਤਾਂ ਲਾਡੀ ਹਾਂਜੀ ਲਾਡੀ ਦਾ ਲੱਕ ਦਿਖਾ ਦੇਣਗੇ ਹੈਗੇ ਜਿੱਦਾਂ ਰੋਡੈਕਸ ਪ੍ਰੋਬਲਮ ਹੈਗੀ ਹਾਂਜੀ ਤਾਂ ਉੱਧਰ ਨਾਲ ਅਸੀਂ ਉਸਤਾਰ ਨੂੰ ਟੱਕਰ ਗਏ ਅਤੇ ਛੇਤੀ ਜਾਣੀ ਸਾਨੂੰ ਉਸਤਾਰ ਟੱਕਰ ਗਿਆ ਅਤੇ ਬਾਅਦ 'ਚ ਉੱਥੇ ਜਾਣੀ ਹੋਣੀ ਹੋ ਗਈ ਸਾਡੀ ਜ਼ਿਆਦਾ ਕਬੂਤਰ ਉਸਤਾਦ ਹੋਣੀ ਬਹੁਤ ਦਿੱਤੇ ਸਾਨੂੰ ਕਬੂਤਰ ਪਿੰਜਰੇ ਭਰ ਭਰ ਕੋਈ ਸਹੀ ਹੈ ਸਹੀ ਹੈ ਇਹ ਬਾਈ ਹੁਣੀ ਜਿਹੜੇ ਨਾਲ ਆਏ ਹੋਏ ਨੇ ਇਹਨਾਂ ਬਾਰੇ ਵੀ ਜਰਾ ਜਾਣਕਾਰੀ ਦਿਓ ਇਹ ਭਾਈ ਆਪਣੇ ਭਰਾ ਹੀ ਆ ਮੁੰਡੇ ਤੇਂਗ ਤੋਂ ਆ ਆ ਜੱਸਾ ਮੁੰਡਾ ਤੇਂਗ ਤੋਂ ਤਾਂ ਉਹ ਪ੍ਰਦੀਪ ਆ ਉਹਨਾਂ ਦਾ ਫਰੈਂਡ ਆ ਮੁੰਡਾ ਇਹ ਵੀ ਤੇਂਗ ਤੋਂ ਹੀ ਠੀਕ ਆ ਹਾਂਜੀ ਸਾਰੇ ਸ਼ਕੀਨ ਆ ਕਬੂਤਰਾਂ ਵਾਲੇ ਹਾਂਜੀ ਹਾਂਜੀ ਸ਼ਕੀਨ ਆ ਕਬੂਤਰਾਂ ਵਾਲੇ ਠੀਕ ਆ ਠੀਕ ਆ ਆਪਣਾ ਕਿਹੜਾ ਸੀਜ਼ਨ ਆ ਜਿਹੜਾ ਪੂਰਾ ਸੀਜ਼ਨ ਸਾਰਿਆਂ ਨੂੰ ਵਧੀਆ ਗਿਆ ਭਾਅ ਜੀ ਸਾਰਿਆਂ ਨੂੰ ਵਧੀਆ ਅਤੇ ਬਾਬੇ ਦੀ ਮਿਹਰ ਨਾਲ ਬਾਈ 17 ਤੋਂ ਲੱਗੇ ਆ ਛੱਡਣ ਠੀਕ ਆ ਤਾਂ ਜਾਣੀ ਜਿੰਨਾ ਕੁ ਬੰਦਾ ਸ਼ੁਰੂਆਤ ਤੋਂ ਆਪਾਂ ਕਹੀਏ ਜਿੰਨਾ ਕੁ ਬੰਦਾ ਪੈਰ ਚੱਕਦਾ 17 ਤੋਂ ਭਾਈ ਵਧੀਆ ਰਹੇ ਹੁਣ ਤੱਕ ਸੀਜ਼ਨ ਭਾਈ ਠੀਕ ਆ ਹਾਂ 17 ਵਿੱਚ ਜਾਣੀ ਜੇ ਆਪਾਂ 10-12 ਛੱਡੀਆਂ ਹੈਗੀਆਂ ਅਤੇ ਵਿੱਚੋਂ 6-7-8 ਜਿੱਤਲੀਆਂ ਹੈਗੀਆਂ 18 ਜੀ ਜੇ 20-25 ਛੱਡੀਆਂ ਤਾਂ 14-15 ਜੇ ਸੇਲੇ ਲਏ ਹੈਗੇ ਅਤੇ ਜਾਣੀ ਸਾਰੇ ਭਾਈ ਵਧੀਆ ਹੀ ਰਹੇ ਸੀਗੇ ਉੱਪਰ ਤੋਂ ਉੱਪਰ ਵੱਧਦਾ ਹੀ ਜਾਂਦਾ ਹਾਂਜੀ ਹਾਂਜੀ ਵੱਧਦੇ ਬਾਬੇ ਦੀ ਮਿਹਰ ਹੀ ਰਹੀ ਆ ਭਾਈ ਜਿਹੜੀ ਖਿਡਾਰ ਆ ਹਾਂਜੀ ਪਾਣੀ ਵਗੈਰਾ ਜਿਹੜਾ ਹੈਗਾ ਹਾਂਜੀ ਇਹ ਸਤਾਦ ਜੀ ਵਾਲਾ ਹੀ ਆ ਇਹ ਸਾਰੇ ਭਾਈ A to Z ਕੂੜੇ ਤੋਂ ਲੈ ਗਏ ਥੱਲੇ ਤਾਂ ਦੇ ਆ ਭਾਈ ਸਾਰਾ ਉਸਤਾਦ ਦਾ ਹੀ ਆ ਭਾਈ ਉਸਤਾਦ ਦਾ ਹੀ ਸਭ ਕੁਛ ਜੋ ਬਿਮਾਰੀਆਂ ਜਾਂ ਜਿੱਥਣਾ ਜਾਂ ਸਾਂਭ ਸੰਭਾਲ ਪਾਣੀ ਧਾਣੀ ਸਾਰਾ ਕੁਛ ਹੀ ਭਾਈ ਕਿੱਦਾਂ ਸਾਂਭਣਾ ਕੀ ਕਰਨਾ ਉਸਤਾਦ ਦਾ ਹੀ ਆ ਭਾਈ ਮੰਗੇ ਵੀਰ ਜਿੱਦਾਂ ਗਰਮੀ ਦੇ ਵਿੱਚ ਆਪਾਂ ਕਬੂਤਰ ਛੱਡਦੇ ਹਾਂ ਪਿਛਲੇ ਸਾਲ ਤਾਂ ਗਰਮੀ ਪਈ ਨਹੀਂ ਹਾਂਜੀ ਭਾਈ ਜਦੋਂ ਲੂਆਂ ਪੈਂਦੀਆਂ ਟੈਂਪਰੇਚਰ ਜ਼ਿਆਦਾ ਆਉਂਦਾ ਆ ਹਾਂਜੀ ਆਪਣੀ ਖਿਡਾਰ ਦੇ ਵਿੱਚ ਜਿਹੜਾ ਤੁਸੀਂ ਜਿਹੜੇ ਹੈਗੇ ਆ ਬਦਾਮ ਮਤਲਬ ਜਿੱਦਾਂ 45 ਦੇ ਲਾਗੇ 44-45 ਟੈਂਪਰੇਚਰ ਆ ਗਿਆ ਕਿੰਨੇ ਕੁ ਬਦਾਮ ਦਿੰਦੇ ਉਹਦੇ ਵਿੱਚ ਤੁਸੀਂ ਭਾਜੀ ਉਹਦੇ ਵਿੱਚ ਉਸਤਾਦ ਨਾਲ ਸਲਾਹ ਕਰ ਲਈ ਦੀ ਆ ਭਾਜੀ ਠੀਕ ਆ ਤਾਂ ਜਿੰਨੇ ਉਹ ਕਹਿਣ ਜਿੱਦਾਂ ਵੀ ਨਹੀਂ ਹੁਣ ਪੂਰੀ ਉਮਰ ਉਸਤਾਦ ਨਾਲ ਹੀ ਸਲਾਹ ਥੋੜੀ ਹੋਣੀ ਆ ਕੁਝ ਬੰਦਾ ਇੰਨੇ ਸਾਲਾਂ ਚ ਨਹੀਂ 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 ਇੰਨੇ ਸਾਲਾਂ ਚ ਹੈਗਾ ਭਾਜੀ ਆਪ ਵੀ ਸਿੱਖਦਾ ਬੰਦਾ ਆਪ ਵੀ ਸਿੱਖਦਾ ਪਰ ਫੇਰ ਵੀ ਮੇਰੀ ਆਦਤ ਬਣੀ ਹੋਈ ਆ ਭਾਜੀ ਮੈਂ ਉਸਤਾਦ ਨੂੰ ਫੋਨ ਕਰਨਾ ਕਰਨਾ ਹੀ ਆ ਭਾਜੀ ਮਤਲਬ ਦੇਖੋ ਮੇਰੀ ਗੱਲ ਇੱਕ ਜੇ ਸਮਝ ਜਿੱਦਾਂ ਆਪਣੀ ਮਰਜ਼ੀ ਨਾਲ ਵੀ ਦੇ ਲਈਦੇ ਆ ਹਾਂ ਹਾਂ
ਜਿੱਤ ਵੀ ਲਈਦਾ ਪਰ ਜਿੱਦਾਂ ਜਿੰਨਾ ਜਿਆਦਾ ਉਸਤਾਦ ਨੂੰ ਫੋਨ ਕਰਕੇ ਜਿੱਦਾਂ ਮਾੜੀ ਉਹਨਾਂ ਸਲਾਹ ਮਸ਼ਵਰਾ ਨਾ ਕਰੀਏ ਦਿਲ ਨੂੰ ਟਿਕਾ ਜਾਂ ਨਹੀਂ ਆਉਂਦਾ ਹਾਂ ਦਿਲ ਨੂੰ ਟਿਕਾ ਜਾਂ ਨਹੀਂ ਆਉਂਦਾ ਕਿੰਨੇ ਕੁ ਬਦਾਮ ਫਿਰ ਆਪਾਂ ਦਿਨੇ 44 45 ਦੇ ਬਦਾਮ ਭਾਜੀ ਯਾਰ ਕਈ ਤਰ੍ਹਾਂ ਜੇ ਭਾਜੀ ਉਸਤਾਦ ਨੇ ਖੇਡਾਂ ਦੱਸੀਆਂ ਹੋਈਆਂ ਕਿ ਕਈ ਕੋਈ ਖੇਡ ਆ ਜਿੱਦਾਂ ਪਾਣੀ ਧਾਣੀ ਆ ਉਹਦੇ ਵਿੱਚ ਵੱਧ ਵੀ ਬਦਾਮ ਦੇ ਦਈਦੇ ਆ ਚਾਰ ਚਾਰ ਪੰਜ ਪੰਜ ਵੀ ਦੇ ਦਈਦੇ ਆ ਠੀਕ ਆ ਤਾਂ ਕਈਆਂ ਇੱਦਾਂ ਦੀ ਜਿਹਦੇ ਵਿੱਚ ਇੱਕ ਡੇਢ ਉੱਤੇ ਵੀ ਛੱਡ ਦਈਦੇ ਆ ਭਾਜੀ ਇੱਕ ਡੇਢ ਤੇ ਵੀ ਆਪਾਂ ਛੱਡ ਦਿੰਦੇ ਹਾਂ ਇੱਕ ਡੇਢ ਤੇ ਕਬੂਤਰ ਉਹਦੇ ਨਾਲ ਕਹਿੰਦੇ ਆ ਵੀ ਜੇਕਰ ਜ਼ਿਆਦਾ ਭੁੱਖਾ ਹੋਵੇ ਤੇ ਉਹ ਪਾਣੀ ਤੇ ਵੀ ਜਾ ਸਕਦਾ ਆ ਨਹੀਂ ਭਾਜੀ ਬਾਬੇ ਦੀ ਮਿਹਰ ਨਾਲ ਨਹੀਂ ਗਿਆ ਹੈਗਾ ਭਾਜੀ ਜਿੱਦਾਂ ਇੱਕ ਡੇਢ ਗਿਰੀ ਵਾਲਾ ਤੇ ਨਹੀਂ ਕਦੀ ਗਿਆ ਹੈਗਾ ਉੱਥੇ ਪਾਣੀ ਦੇ ਜਿਹੜੀ ਖੇਡ ਥੋੜੀ ਵੱਧ ਗਿਰੀਆਂ ਵਾਲੀ ਕਦੀ ਤੇ ਉੱਤੇ ਚੱਲ ਜਾਂਦੀ ਹੈ ਭਾਜੀ ਅੱਛਾ ਵੱਧ ਗਿਰੀਆਂ ਵਾਲੀ ਖੇਡ ਤੇ ਕਿੰਨੇ ਦੇ ਦਿੰਦੇ ਤੁਸੀਂ ਵੱਧ ਗਿਰੀਆਂ ਵਾਲੀ ਤੇ ਭਾਜੀ ਯਾਰ ਜ਼ਿਆਦਾ ਟਾਈਮ ਜੇ 44 ਵਾਲੇ ਭਾਜੀ ਬਹੁਤ ਉੜੇ ਆ ਕਈ ਆਪਣੇ ਰਾਤ ਉੜਿਆ ਸੀ ਕਬੂਤਰ ਤਾਂ ਡੇਢ ਘੰਟਾ ਘੰਟਾ ਡੇਢ ਘੰਟਾ ਵੱਧ ਉੜਿਆ ਹੁਣ ਢੰਗ ਹੀ ਚੜਿਆ ਹੈਗਾ ਉਹ ਵੀ ਘੱਟ ਤੇ ਹੈਗਾ ਗੁਣਾ ਚੋਰ ਉੜਿਆ ਹੈਗਾ ਟਾਈਮ ਘਟਾ ਗਿਆ ਸੀ ਦੂਜਾ ਨੰਬਰ ਬਣੇ ਪਰ ਉਹ ਪੂਰੀ ਬਹੁਤ ਜ਼ਿਆਦਾ ਗਰਮੀ ਸੀਗੀ ਤਾਂ ਸੱਤ ਤੋਂ ਸੱਤ ਹੀ ਉੜ ਗਏ ਗਰਮੀ ਪੂਰੀ ਗਰਮੀ ਸੀ ਪੌਣੇ ਸੱਤ ਡਿੱਗਿਆ ਹੋਊਗਾ ਜਾਂ ਕਿੱਦਾਂ ਸਹੀ ਹੈ ਸਹੀ ਆ ਤਾਂ ਜਿਹੜਾ ਆਪਣਾ ਰੱਤਾ ਜਿੱਤਿਆ ਉਹ ਵੱਧ ਗਈਆਂ ਹੋਈ ਖੇਡਦੇ ਭਾਈ ਜਿੱਤਿਆ ਦੋ ਬਾਈਆਂ ਤਾਂ ਹੈਗਾ ਪਾਉਂਦਾ ਬੈਠੀ ਰਿਹਾ ਉਹ ਵੀ ਘੰਟੇ ਘੰਟੇ ਦੇ ਅੱਧੇ ਘੰਟੇ ਦੀ ਦੋ ਬਾਈਆਂ ਛੱਡਿਆ ਹੈਗਾ ਪਹਿਲੇ ਬਾਜੀ ਤੋਂ ਮੈਨੂੰ ਘੰਟੇ ਦੀ ਬੈਠ ਹੋਣੇ ਘੰਟੇ ਡੇਢ ਘੰਟੇ ਦੂਜੀ ਬਾਜੀ ਤੋਂ ਅੱਧੇ ਪੌਣੇ ਘੰਟੇ ਦੀ ਬੈਠ ਪਾ ਕੇ ਬੈਠਾ ਗਾ ਛਤਰੀ ਤੇ ਰੱਤਾ ਹੈਗਾ ਆਪਣੇ ਕੋਲ ਨਹੀਂ ਉਹ ਨਹੀਂ ਭਾਜੀ ਉਹ ਮਰ ਗਏ ਮਰ ਗਿਆ ਹੈਗਾ ਰੱਤਾ ਉਹ ਕਿਹੜੀ ਜਗ੍ਹਾ ਤੋਂ ਜਿੱਤਿਆ ਸੀ ਉਹ ਇੱਕ ਭਾਜੀ ਮਾਲੂਪੁਰ ਤੋਂ ਜਿੱਤੇ 82 ਕਬੂਤਰਾਂ ਨੂੰ ਇਕੱਲਾ ਜਿੱਤਿਆ ਹੈਗਾ ਠੀਕ ਆ ਇੱਕ ਭਾਈ ਨਲ ਮਾਨਕ ਤੋਂ ਸ਼ੇਰ ਜਿੱਤਿਆ ਇਹ ਉਸਤਾਦ ਵਾਲੇ ਰੱਤਿਆਂ ਚੋਂ ਹਾਂਜੀ ਉਸਤਾਦ ਵਾਲੇ ਠੀਕ ਆ ਠੀਕ ਆ ਆਲੂ ਬੁਖਾਰਾ ਤੁਸੀਂ ਲਾਉਂਦੇ ਲਾਉਂਦੇ ਹੁੰਦੇ ਹਰ ਬਾਜੀ ਤੇ ਕਿ ਜਾਂ ਕਿਹੇ ਕਿਹੇ ਦੇ ਮੈਂ ਭਾਈ ਯਾਰ 100 ਚੋਂ 80-85% ਭਾਜੀ ਮੈਂ ਲਾਉਂਦਾ ਜੀ ਜੋ 100 ਬਾਈ ਆਪਾਂ ਕਹੀ ਵੀ ਛੱਡੀ ਯਾਰ ਮੈਂ 80-85 ਬਾਜੀਆਂ ਤੇ ਭਾਜੀ ਲਾਇਆ ਹੀ ਜਾਂਦਾ ਲਾਉਂਦੇ ਹਾਂ ਲਾਉਂਦੇ ਯਾਰ ਇੱਕ ਹੋਰ ਚੀਜ਼ ਦੱਸੋ ਵੀ ਇਹ ਆਲੂ ਬੁਖਾਰੇ ਦੇ ਵਿੱਚ ਫਰਕ ਹੁੰਦਾ ਜਿੱਦਾਂ ਹੈਗਾ ਇਹ ਕੀ ਇਹਦੇ ਬਾਰੇ ਦੱਸ ਦਿਓ ਵੀ ਕਿਹੜਾ ਆਲੂ ਬੁਖਾਰਾ ਹੁੰਦਾ ਜਿਹੜਾ ਵਧੀਆ ਹੁੰਦਾ ਭਾਈ ਯਾਰ ਮੈਂ ਕਹਿਣਾ ਜਿੱਦਾਂ ਸ਼ਹਿਰ ਜਾਵਾਂ ਜਿੱਦਾਂ ਹੁਣ ਜਾਂ ਕਿੱਦਾਂ ਮੈਂ ਥੋੜ੍ਹਾ ਥੋੜ੍ਹਾ ਲਿਆਉਂਦਾ ਰਹਿੰਦਾ ਹੁੰਦਾ ਬਈ ਅੱਛਾ ਉਹ ਲਿਆ ਕੇ ਰੱਖ ਲੈਣਾ ਆ ਰੱਖਣਾ ਅੱਡੋ ਅੱਡ ਹੀ ਆ ਠੀਕ ਆ ਫਿਰ ਜਦੋਂ ਆਪਾਂ ਜਿੱਦਾਂ ਉਸਤਾਦ ਕੋਲ ਪਾਣੀ ਲੈਣ ਜਾਣਾ ਜਾਂ ਕਿੱਦਾਂ ਹੈ ਨਾ ਪਾਣੀ ਲੈਣ ਜਾਣਾ ਜਿੱਦਾਂ ਸੀਜ਼ਨ ਜਦੋਂ ਆਪਾਂ ਨੂੰ ਪਤਾ ਸੀਜ਼ਨ ਸ਼ੁਰੂ ਹੋਣ ਲੱਗਾ ਫਰਵਰੀ ਮਾਰਚ ਵਿੱਚ ਹਾਂਜੀ ਤਾਂ ਮੈਂ ਉਹ ਦੋ ਤਿੰਨਾਂ ਡੱਬਿਆਂ ਵਿੱਚ ਲੈ ਜਾਂਦਾ ਹੁੰਦਾ ਉਸਤਾਦ ਕੋਲ ਉਸਤਾਦ ਨੂੰ ਦਿਖਾ ਕੇ ਲਿਆਈਦਾ ਉਸਤਾਦ ਇਹਨਾਂ ਵਿੱਚ ਕਿਹੜਾ ਠੀਕ ਉਸਤਾਦ ਉਹਨਾਂ ਨੂੰ ਬਹੁਤ ਪਰਖ ਉਹ ਦੱਸ ਦਿੰਦੇ ਆ ਠੀਕ ਆ ਉਹ ਬਾਤ ਅੱਛਾ ਅੱਛਾ ਖਟਾਸ ਹੋਵੇ ਪਰ ਥੋੜੀ ਹੋਵੇ ਖੱਟਾ ਮਿੱਠਾ ਜਿਹਾ ਹੋਣਾ ਚਾਹੀਦਾ ਖੱਟਾ ਮਿੱਠਾ ਜਿਹਾ ਹੋਣਾ ਚਾਹੀਦਾ ਬਾਕੀ ਆ ਲਾਲ ਤੇ ਕਾਲੇ ਦਾ ਵੀ ਚੱਕਰ ਹੈਗਾ ਇੱਕ ਲਾਲ ਜਿਹਾ ਹੁੰਦਾ ਸੰਤਰੀ ਜਿਹਾ ਹੁੰਦਾ ਇੱਕ ਕਾਲਾ ਕਾਲਾ ਚਾਹੀਦਾ ਕਾਲਾ ਚਾਹੀਦਾ ਬਾਕੀ ਖਾ ਕੇ ਪਤਾ ਲੱਗਦਾ ਹੈਗਾ ਵੀ ਕਿਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਆਲੂ ਬੁਖਾਰੇ ਆ ਨਾ ਬੰਦਿਆਂ ਦੇ ਵਿੱਚ ਬੜੇ ਓਹਲੇ ਆ ਗੱਲ ਫਿਰ ਉੱਥੇ ਘੁੰਮ ਜਾਂਦੀ ਆ ਸਾਰੀ ਕੋਈ ਕਹਿੰਦਾ ਇੱਦਾਂ ਆ ਕੋਈ ਕਹਿੰਦਾ ਮੈਂ ਲਾਉਂਦਾ ਨਹੀਂ ਕੋਈ ਕਹਿੰਦਾ ਮੈਂ ਲਾਉਂਦਾ ਆ ਖਿਡਾਰ ਦਾ ਜਿਹੜਾ ਹਿਸਾਬ ਕਿਤਾਬ ਜਿਹੜਾ ਹੈਗਾ ਨਾ ਬੰਦੇ ਉਹਦੇ ਕਰਕੇ ਇੰਟਰਵਿਊਆਂ ਕਰਕੇ ਪਜਲ ਹੋਏ ਪਏ ਆ ਪਤਾ ਕੀ ਆ ਆਪਾਂ ਬੰਦਿਆਂ ਨੂੰ ਅਲੱਗ ਅਲੱਗ ਤੋਂ ਪੁੱਛਦੇ ਹਾਂ ਤੇ ਉਹ ਸਾਰੇ ਬੰਦੇ ਕਨਫਿਊਜ਼ ਹੋਏ ਰਹਿੰਦੇ ਆ ਪਹਿਲੀ ਗੱਲ ਇਹ ਆ ਵੀ ਪਤਾ ਹੋਣਾ ਚਾਹੀਦਾ ਬੰਦੇ ਨੂੰ ਵੀ ਆਲੂ ਬੁਖਾਰੇ ਦਾ ਕੰਮ ਕੀ ਆ ਵੀ ਲੱਗਣਾ ਇੱਕ ਲੱਗਣ ਦਾ ਵੀ ਪਤਾ ਹੋਣਾ ਚਾਹੀਦਾ ਭਾਈ ਜਿਹੜੇ ਬੰਦੇ ਦਾ ਸੈੱਟ ਆ ਗਿਆ ਕੰਮ ਤੇ ਉਹ ਲੈ ਤੇ ਉਹ ਵਰਦਾਨ ਹੀ ਆ ਮੰਗੇ ਭਾਜੀ ਇਹ ਵੀ ਪਤਾ ਹੋਣਾ ਚਾਹੀਦਾ ਨਾ ਵੀ ਇਹਦਾ ਕੰਮ ਕੀ ਆ ਆਲੂ ਬੁਖਾਰੇ ਦਾ ਕੰਮ ਤੇ ਭਾਈ ਜਾਂ ਸਫਾਈ ਕਰਦਾ ਹੈ ਉਹ ਜਾਨਵਰ ਨੂੰ એનર્ਜੀ ਦਿੰਦਾ ਹੈ ਉਹ ਮੈਨੂੰ ਤਾਂ ਨਹੀਂ ਲੱਗਦਾ ਠੀਕ ਆ ਤੇ ਪਾਣੀ ਜਿਹੜਾ ਹੈਗਾ ਉਹ ਵੀ ਇੱਕ ਤਰ੍ਹਾਂ ਦਾ ਕਿ ਜਾਂ ਵੱਧ ਤਰ੍ਹਾਂ ਦਾ ਤੁਹਾਡਾ ਪਾਣੀ ਭਾਈ ਤਿੰਨ ਤਰ੍ਹਾਂ ਦਾ ਭਾਜੀ ਪਾਣੀ ਉਸਤਾਦ ਹੁਣਾਂ ਨੇ ਜਿਹੜਾ ਦਿੱਤਾ ਜਿਹੜਾ ਜਾਣੀ ਕਿ ਹੈਗਾ ਤਾਂ ਕਈ ਤਰ੍ਹਾਂ ਦਾ ਹੀ ਹੈ ਜਾਣੀ ਕਿ ਜਿਹੜਾ ਅਸੀਂ ਪਾਤੇ ਸਾਡੇ ਕੋਲ 3 ਤਰ੍ਹਾਂ ਦਾ ਹੈਗਾ ਉਹ ਟੈਂਪਰੇਚਰ ਦੇ ਹਿਸਾਬ ਦੇ ਨਾਲ ਲੱਗਦਾ ਹੈ ਟੈਂਪਰੇਚਰ ਦੇ ਹਿਸਾਬ ਨਾਲ ਭਾਜੀ ਰਾਤ ਨੂੰ ਸੱਜਣਾ ਜੇ ਕੋਈ ਲੱਗਦਾ ਘੱਟ ਜਿੱਦਾਂ 36-40 ਟੈਂਪਰੇਚਰ ਤੱਕ ਕੋਈ ਲੱਗਦਾ ਹੈ ਜਿਹੜੇ 40 ਤੋਂ ਉੱਪਰ ਹੋ ਜਾਣ ਉਹ ਵੀ ਠੀਕ ਆ ਠੀਕ ਆ ਟੈਂਪਰੇਚਰ ਦੇ ਦਿਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਉਹਨਾਂ 'ਚ ਘੱਟ ਵੱਧ ਮਿਕਦਾਰ ਕੀਤੀ ਹੁੰਦੀ ਹਾਂਜੀ ਹਾਂਜੀ ਭਾਜੀ ਠੀਕ ਆ ਠੀਕ ਆ ਆਪਣੀ ਕਿੱਦਾਂ ਜਿੱਦਾਂ ਹੁਣ ਆਪਣੇ ਇੱਧਰ ਏਰੀਏ 'ਚ ਖਿਡਾਰੀ ਆ ਮਾਨਕੀ ਭਾਜੀ ਹੈਗੇ ਆ ਪਰ ਇਹਨੂੰ ਰਾਂਝਾ ਘੁੱਗੇ ਵੀਰ ਹੋਣੀ ਆ ਹਾਂਜੀ ਹਾਂਜੀ ਬਾਜੀ ਦੇ ਵਿੱਚ ਕਦੇ ਇੱਦਾਂ ਵੀ ਹੋਇਆ ਵੀ ਆਪਣੀ
ਕਿਸੇ ਦੇ ਨਾਲ ਜਾਂ ਵੱਡੇ ਹੋਰ ਕਿਸੇ ਖਿਡਾਰੀ ਦੇ ਨਾਲ ਪੂਰੀ ਗਰਾਰੀ ਅੜੀ ਹੋਏ ਐਂਡ ਤੱਕ ਬਾਜੀ ਚੱਲੀ ਹੋਵੇ। ਨਹੀਂ ਹੋ ਜਾਂਦਾ ਭਾਜੀ, ਬਹੁਤ ਭਾਰੀ ਹੋ ਜਾਂਦਾ। ਜਿੱਦਾਂ ਇੱਕ ਵਾਰੀ 18 ਦੀ ਗੱਲ ਆਪਣੇ ਉਹ ਨੰਗਲ ਯਾਰ ਕਿਹੜਾ ਹੈ ਆਪਣੇ, ਹਾਂਜੀ ਆਪਣੇ ਆਦਮਪੁਰ ਦੇ ਨਾਲ ਹੀ ਨੀ ਪਰ ਯਾਰ ਨੰਗਲ ਕੀ ਆ ਯਾਰ ਨੰਗਲ ਸਰਾ ਵਾਲਾ, ਹਾਂ ਨੰਗਲ ਸਰਾ ਵਾਲੇ, ਉੱਥੇ ਦੂਸਰ ਦੀ ਬਾਜੀ ਹੈਗੀ ਭਾਜੀ ਧਾਮੀ ਦੇ ਪਿੰਡ, ਹਾਂ ਧਾਮੀ ਦੇ ਪਿੰਡ ਠੀਕ ਆ, ਉੱਥੇ ਹੋ ਗਈ ਰਾਂਝੇ ਨਾਲ। ਚਲੋ ਉਹਨਾਂ ਦਾ ਕੋਈ ਨਾ ਦੇਖ ਬਾਅਦ ਚ ਵੰਡ ਲਾਂਗੇ, ਆਪਾਂ ਜਵਾਬ ਤੇ ਨਹੀਂ ਇਹਨਾਂ ਨੇ ਦਿੱਤਾ ਹੈਗਾ, ਤਾਂ ਇਹਨਾਂ ਦਾ ਬਾਲਾ ਚੰਗਾ ਆਰਡਰ ਹੈ ਭਾਜੀ ਕਬੂਤਰ, ਤਾਂ ਇਹਨੀ ਵੰਡੀ ਨੀ ਹੈਗੀ ਭਾਜੀ। ਤੇ ਉਧਰ ਉਸਤਾਦ ਵਾਲੀ ਸਾਈਡ ਵੀ ਕਦੇ ਗਏ ਬਾਜੀ ਛੱਡਣ ਕੋਈ? ਨਹੀਂ ਉਸਤਾਦ ਵਾਲੀ ਸਾਈਡ ਨਹੀਂ ਗਏ ਹੈਗੇ, ਇੱਧਰ ਆਪਣੇ ਜਗਰਾਵਾ ਏਰੀਆ ਨੂੰ ਗਏ ਆ ਭਾਈ। ਠੀਕ ਆ ਠੀਕ ਆ, ਜਗਰਾਵਾ ਏਰੀਆ ਨੂੰ ਛੱਡੀਆਂ ਵੀ ਆ ਤੇ ਇੱਥੋਂ ਜੱਟ ਵੀ ਲੈ ਗਏ। ਕੋਈ ਮਜ਼ੇਦਾਰ ਬਾਜੀ ਵੀ ਹੈਗੀ ਆ, ਕਿਉਂਕਿ ਬਾਜੀਆਂ ਦਾ ਨਾ ਜਦੋਂ ਆਪਾਂ ਗੱਲਬਾਤ ਕਰਦੇ ਆ ਬੰਦੇ ਕਹਿੰਦੇ ਵੀ ਕੋਈ ਬਾਜੀ ਦੀ ਜਿਹੜੀ ਯਾਰ ਹਿਸਟਰੀ ਵਿੱਚ ਜ਼ਰੂਰ ਸੁਣਾਇਆ ਕਰੋ, ਦੱਸਿਆ ਕਰੋ ਵੀ ਕਿੱਥੇ ਕਿਹੜੀ ਕੋਈ ਵਧੀਆ ਬਾਜੀ ਸੀਗੀ। ਬਾਜੀਆਂ ਭਾਈ ਨਜ਼ਾਰਾ ਬੜਾ ਆ ਉਹ ਬਾਜੀ ਦਾ, ਬਾਬੇ ਦੀ ਮਿਹਰ ਨਾਲ ਭਾਈ ਛੱਡੀਆਂ ਬਹੁਤ ਆ, ਹਾਰੇ ਵੀ ਬਹੁਤ ਆ, ਜਿੱਤੀਆਂ ਵੀ ਬਹੁਤ ਜ਼ਿਆਦਾ ਭਾਈ। ਬਾਜੀਆਂ ਬਾਹਲੀਆਂ ਜ਼ਿਆਦੀਆਂ ਜਿੱਤੀਆਂ, ਮੈਨੂੰ ਭਾਈ ਪਿੰਡਾਂ ਦਾ ਨਾਂ ਨਹੀਂ ਚੇਤੇ ਰਹਿੰਦਾ। ਨਹੀਂ ਕੋਈ ਯਾਦਗਾਰੀ ਬਾਜੀ ਹੁੰਦੀ ਆ ਨਾ, ਬੰਦਾ ਕਹਿੰਦਾ ਯਾਦਗਾਰੀ ਭਾਈ, ਜਿੱਦਾਂ ਜਾਂ ਪਹਿਲੀ ਬਾਜੀ ਅਸੀਂ ਵੀ ਜਦੋਂ ਵੱਡੀ ਬਾਜੀ ਜਿੱਤਦੇ ਹਾਂ ਸਾਨੂੰ ਯਕੀਨ ਨਹੀਂ ਹੁੰਦਾ ਵੀ ਆਪਾਂ ਉਹ ਚੀਜ਼ ਨੂੰ ਸੋਚਿਆ ਨਹੀਂ ਹੁੰਦਾ ਵੀ ਜੋ ਹੋ ਜਾਂਦਾ। ਪਹਿਲੀ ਵੱਡੀ ਬਾਜੀ ਤਾਂ ਭਾਈ ਮਾਲੂਪੁਰ ਵਾਲੀ ਜਿੱਤੀ, ਕੱਲਿਆਂ ਨੇ ਬਿਆਸੀ ਬਿਆਸੀ ਕਬੂਤਰਾਂ ਜਿੱਤਿਆ ਭਾਈ। ਠੀਕ ਆ ਮਾਲੂਪੁਰ, ਹਾਂ ਉਹ ਜਿੱਤੀ। ਇੱਧਰ ਮਾਲ ਵਿੱਚ ਭਾਜੀ ਮੈਨੂੰ ਤਾਂ ਲੋਕਡਾਊਨ 'ਚ ਹੋਈਆਂ ਰਾਮਗੜ੍ਹ ਭੁੱਲਰਾਂ ਹੋਈ ਆ ਬਾਜੀ, ਉੱਥੇ ਬਾਜੀ ਦਾ ਗੁਲਜ਼ਾਰ ਭਾਜੀ ਉਹਨਾਂ ਨੇ ਨਿੱਕੇ ਉਹਨਾਂ ਨੇ ਇਹਨਾਂ ਨੇ ਬਾਜੀਆਂ ਸਾਂਝੀਆਂ ਹੋਈਆਂ। ਸਹੀ ਆ, ਤਾਂ ਰਾਮਗੜ੍ਹ ਭੁੱਲਰਾਂ ਜਾਂ ਕਸ਼ੇਰਪੁਰ ਉੱਥੇ ਵੀ ਅਸੀਂ ਜਿੱਤੇ ਹਾਂ 2-3 ਵਾਰੀ। ਜਿੱਦਾਂ ਬਾਜੀ ਪਿਛਲੀ ਵਾਰੀ ਵਾਸ਼ਿੰਗ ਮਸ਼ੀਨ ਜਿੱਤੀ ਆ, ਜਿਹੜੇ ਉਹ ਖਿਡਾਰੀਆਂ ਵੀ ਜਿੱਤਣ ਵਾਲੀ ਗੱਲ ਹੋ ਗਈ ਨਾ, ਉੱਧਰ ਤੁਹਾਨੂੰ ਪਤਾ ਸੁਪਰ ਸਟਾਰ ਖਿਡਾਰੀ ਆ ਸਾਰੇ। ਤਾਂ ਸਰਹਾਲ ਮੰਡੀ ਆ ਇੱਥੇ ਪਿਛਲੇ 2022 'ਚ, ਉੱਥੇ 1-11 ਨੇ ਕੀਤੀ ਸੀਗੀ ਅਤੇ ਆਪਣਾ ਇਕੱਲਾ ਜਿੱਤਿਆ ਹੈਗਾ। ਠੀਕ ਆ, ਤਾਂ ਆਪਣੇ ਸੋਹਲ ਖਾਲਸਾ ਉੱਥੋਂ ਵੀ 7 ਫੁੱਟਾ ਕੱਪ ਜਿੱਤੇ, ਉਹ ਕਬੂਤਰੀ ਬਹੁਤ ਚੰਗੀ ਹੋਣੀ ਸੀਗੀ। ਸਹੀ ਆ, ਤਾਂ ਬਹੁਤ ਬਾਜੀਆਂ ਭਾਈ ਯਾਰ। ਇੱਕ ਆਪਣੇ ਨਰਭੇ ਭਾਈ ਦੇ ਪਿੰਡ ਮੈਨੂੰ ਲੱਗਦਾ ਸੀ 2-3 ਬਾਜੀਆਂ ਛੱਡੀਆਂ, ਉੱਥੇ ਤਾਂ 2-3 ਜਿਹੇ ਹਿੱਸਾ ਲਿਆ ਜਿਹਨੂੰ, ਉਹ ਪਿੰਡ ਸਾਡੇ ਦੀ ਲੱਕੀ ਆ ਜੀ, ਉਹ ਵੀ ਕਬੂਤਰੀ ਨੇ ਸਾਡੀ ਨੇ ਬਹੁਤ ਜ਼ੋਰ ਲਾਇਆ, ਮੂਠੇ ਵਾਲਾ ਬਾਜੀ ਹੈਗੀ ਸਾਡਾ ਨੰਬਰ 2 ਬਣਿਆ ਹੈਗਾ, ਤਾਂ ਕਬੂਤਰੀ ਉਹ ਵੀ ਬਹੁਤ ਚੰਗਾ ਉੜੀ ਹੈਗੀ ਭਾਈ। ਠੀਕ ਆ ਠੀਕ ਆ, ਹਾਂਜੀ ਉਦੋਂ ਸਾਡੀ 18 'ਚ ਬਿਮਾਰੀ ਪੈ ਗਈ ਸੀ ਅਤੇ ਸਾਡੇ ਕੋਲ 17-18 ਬੱਚੇ ਸੀਗੇ, ਉਹ ਪੱਟ ਕੇ ਫਰ ਕੀਤੇ ਸੀ, ਤਾਂ ਉੱਥੇ ਐਂਟਰੀ ਹੈਗੀ ਤਾਂ ਉਹ ਵੀ ਜਾਣੀ ਅਸੀਂ ਐਂਟਰੀ ਪੂਰੀ ਕਰਨੀ ਗਏ ਹੈਗੇ। ਸਹੀ ਆ, ਤਾਂ ਉਹ ਕਬੂਤਰੀ ਨੇ ਸਾਡਾ 2 ਨੰਬਰ ਬਣਾਇਆ, ਉਹਦਾ ਬਹੁਤ ਚਾਅ ਹੋਇਆ ਹੈਗਾ। ਅਤੇ ਉਦੋਂ ਪਹਿਲੇ ਫਲ ਅਸੀਂ ਉੱਥੋਂ ਕੂਲਰ ਦਿੱਤੇ ਹੈਗੇ, ਤਾਂ ਉਹ ਸਾਡਾ ਜਿੱਦਾਂ ਕਬੂਤਰੀ ਭੂਰੀ ਉਹਨਾਂ ਵਾਲੀ ਜਾਤ ਪੂਰੀਆਂ ਵਾਲੀ ਦਾ ਕਬੂਤਰ ਸੋਨੂੰ ਭਾਈ ਨੇ ਖਨੌੜੇ ਵਾਲੇ ਨੇ ਦਿੱਤੇ, ਉਹਦੇ ਵਾਲੇ ਕਬੂਤਰ ਵੀ ਸੋਨੂੰ ਭਾਈ ਵਾਲੇ ਵੀ ਸਾਡੇ ਕੋਲ ਹੈਗੇ। ਠੀਕ ਆ, ਉਹ ਕਿਹੜੀ ਅੱਖਾਂ ਦੇ ਆ? ਉਹ ਬਾਈ ਖੱਟੀਆਂ ਅੱਖਾਂ ਦੇ ਸ਼ਾਖੇ ਆ ਬਾਈ, ਖੱਟੀਆਂ ਦੇ ਸ਼ਾਖੇ, ਹਾਂ ਖੱਟੀਆਂ ਦੇ ਸ਼ਾਖੇ। ਠੀਕ ਆ ਠੀਕ, ਤਾਂ ਉਹ ਕਬੂਤਰ ਜਾਣੀ ਜਿੱਦਾਂ ਬਹਿਣ ਆ ਗਿਆ ਕਬੂਤਰ, ਤਾਂ ਉਹ ਸਾਰੇ ਕਹਿੰਦੇ ਬਹਿ ਗਿਆ, ਲਾਡੀ ਕਹਿੰਦਾ ਨਹੀਂ ਹੱਲੇ ਨਹੀਂ ਬੈਠਾ, ਤਾਂ ਉਹ ਐਂ ਬਹਿੰਦਾ ਮੁੜ ਗਿਆ ਕਬੂਤਰ ਸਾਡੇ ਨੇ, ਉਹ ਦੂਜਾ ਕਿ 3 ਨੰਬਰ ਕੂਲਰ ਜਿੱਤਿਆ ਹੈਗਾ। ਸਹੀ ਆ, ਤਾਂ ਉਦੋਂ ਬਹੁਤ ਚਾਅ ਚੜਿਆ ਹੈਗਾ। ਤਾਂ ਇੱਕ ਆਪਣੇ ਇੰਦੜਾ ਕਲਾਸਿਕ ਤੋਂ ਭਾਅ ਜੀ ਕੂਲਰ ਜਿੱਤੇ ਸਾਡੇ, ਉੱਥੇ ਸਾਡੀ 2 ਕਬੂਤਰੀਆਂ ਬਹੁਤ ਚੰਗੀਆਂ ਉੜੀਆਂ ਹੈਗੀਆਂ। ਸਹੀ ਆ, ਉਹ ਮੈਨੂੰ ਲੱਗਦਾ ਪਹਿਲਾ ਕੂਲਰ ਇੰਦੜਾ ਕਲਾਸਿਕ ਤੋਂ ਜਿੱਤਿਆ ਹੈਗਾ। ਸਹੀ ਆ ਸਹੀ ਆ, ਕੂਲਰ ਕੱਪ ਕੁੱਪ ਦੇ ਜਿੱਤ ਲਿਆ ਜਾਣੀ ਕੂਲਰ ਅਸੀਂ ਵੱਡਾ ਨਾਮ ਉਹ ਜਿੱਤਿਆ ਹੈਗਾ ਪਹਿਲਾਂ, ਉਦੋਂ ਬਹੁਤ ਖੁਸ਼ੀ ਹੋਈ ਭਾਈ, ਉਦੋਂ ਅਸੀਂ ਨੱਚ ਰਹੀ ਹਾਂ। ਖੁਸ਼ੀ ਤਾਂ ਹੁੰਦੀ ਹੈ, ਖੁਸ਼ੀ ਬਾਜੀਆਂ ਭਾਈ ਬਾਬੇ ਦੀ ਮਿਹਰ ਨਾਲ ਯਾਰ, ਮਿਹਰ ਹੀ ਰਹੀ ਆ ਪਰਮਾਤਮਾ ਦੀ ਵੀ ਬਹੁਤ ਜਿੱਤੀਆਂ ਭਾਈ ਬਾਬੇ ਦੀ ਮਿਹਰ ਨਾਲ ਬਾਜੀਆਂ। ਠੀਕ ਆ ਠੀਕ ਆ, ਜਦੋਂ ਹੁਣ ਆਪਾਂ ਬਾਜੀਆਂ ਤੇ ਕਬੂਤਰ ਡਾਈਆਂ ਆਪਾਂ ਲੈਂਦੇ ਹੈਗੇ ਆ, ਹਾਂਜੀ ਛਤਰੀਆਂ ਤੇ ਆਪਣੇ ਕਬੂਤਰ ਬੈਠੇ ਵੀ ਹੋਏ ਨੇ, ਹਾਂਜੀ, ਤੇ ਡਾਈਆਂ ਜਿਹੜੀਆਂ ਹੈਗੀਆਂ, ਹਾਂ ਆਪਾਂ ਜਿਹੜੀਆਂ ਡਾਈਆਂ ਜਿਹਲੇ ਕਰਾਉਂਦੇ ਆ, ਤੁਸੀਂ ਕਿੰਨੀਆਂ ਕੁ ਡਾਈਆਂ ਪਹਿਲਾਂ ਸਟਾਰਟਿੰਗ ਕਰਾ ਕੇ ਕਿਹੜੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਪਾਣੀ ਘਰੇ ਫੋਕਾ ਪਾਣੀ ਜਿਹੜਾ ਅਸੀਂ ਲਾਉਂਦੇ ਹਾਂ ਉਹ ਕਿਹੜੇ ਹਿਸਾਬ ਨਾਲ ਲਾਉਂਦੇ ਆ? ਭਾਈ ਪਹਿਲਾਂ ਤਾਂ ਜਿੱਦਾਂ ਕਬੂਤਰ ਕਈ ਵਿੱਚ ਪੱਟ ਕੇ ਆਪਾਂ ਸਾਰ ਕੀਤੇ ਹੁੰਦੇ ਜਾਂ ਆਪ ਦਾ ਫਰ ਹੋ ਦਿੰਦੇ ਹਨਾ, ਅਸੀਂ ਜਾਣੀ ਆਹ ਨੈਟ ਜਿਹਾ ਲਾਇਆ ਆ ਹੁਣ, ਤਾਂ ਅਸੀਂ 3 ਮਹੀਨੇ ਦੇ ਜਾਣੀ 8-10 ਤਰੀਕ ਨੂੰ ਲਾ ਦਈਦਾ ਇਹ ਜਾਲਾ ਜੂਲਾ 'ਚ ਪਾ ਕੇ, ਪਹਿਲਾਂ ਤਾਂ ਇਹਨਾਂ ਨੂੰ ਭਾਈ ਸਿੱਧੇ ਕਾਰਨ 5-5-7-7 ਵਾਰੀ ਉਡਾਈਦਾ। ਠੀਕ ਆ,
ਤਾਂ ਜਦੋਂ ਅਸੀਂ ਪ੍ਰੋਪਰ ਕੱਢੀ ਦੀ ਆ ਵੀ ਹੁਣ ਜਿੱਦਾਂ ਗਿਰੀਆਂ ਦੇ ਕਰ ਦੇਣੇ ਜਾਂ ਮੂਹਰੇ ਬਾਜੀਆਂ ਆ ਗਈਆਂ ਤਾਂ ਉਹ ਭਾਜੀ 10-12 ਦਿਨ ਲਗਾਤਾਰ ਕਈ ਕੁੱਤਰ 15 ਦਿਨ ਵੀ ਉਡਾਉਣਾ ਪੈਂਦਾ ਜਿਹੜਾ ਨਹੀਂ ਉੱਡਦਾ ਹਨ ਤਾਂ ਕਈ ਜਣੇ 8-10 ਦਿਨ ਕਈ ਕੁੱਤੇ ਜਿੱਦਾਂ ਛੇਤੀ ਉੱਡਣ ਲੱਗ ਪਏ ਉਹਨਾਂ ਨੂੰ 7-8 ਦਿਨ ਲਗਾਤਾਰ ਉਡਾ ਕੇ ਠੀਕ ਹੈ ਤਾਂ ਬੰਦੀ ਵਾਲੀਆਂ ਪਾ ਕੇ ਜਾਣੀ 10-12-15 ਬਾਰੀਆਂ ਲੈ ਕੇ ਫਿਰ ਹੀ ਪਾਣੀ 'ਤੇ ਪਾਈ ਕਰੀ ਜੇਕਰ ਮੰਨ ਲਓ ਵੀ ਤੁਸੀਂ ਕਬੂਤਰਾਂ ਨੂੰ ਇੰਨੀਆਂ ਬਾਰੀਆਂ ਬਾਅਦ ਉਡਾਇਆ ਆ ਕਈ ਵਾਰ ਪਾਣੀ ਦੇਣ 'ਤੇ ਕਬੂਤਰ ਨਾ ਸੁੱਜ ਜਾਂਦਾ ਭਾਈ ਆਪਣੇ ਜਿੱਦਾਂ ਬਾਬੇ ਦੀ ਮਿਹਰ ਹੀ ਰਹੀ ਆ ਜਿੱਦਾਂ ਤਾਂ ਆਪਾਂ ਉਹ ਸੋਚਦਾ ਭਾਈ ਕਬੂਤਰ ਉਹੀ ਹੈਗਾ ਆਪਾਂ ਕੱਚੇ ਨੂੰ ਪਾਣੀ ਲਾ ਦਈਦਾ ਆ ਕਈ ਵੇਲੇ ਕਬੂਤਰ ਨਹੀਂ ਉੱਡਦਾ ਹੈਗਾ ਆਪਾਂ ਉਹਦੀ ਬਾਰੀਆਂ ਗਿਣ ਲਈਦਾ ਵੀ 10 ਦਿਨ ਹੋ ਗਏ ਉੱਡ ਦਿੰਦੇ ਉਹਨੂੰ ਉਹ ਘੰਟਾ ਕੁ ਉੱਡ ਕੇ ਬਹਿ ਜਾਂਦਾ ਆ ਮੱਚਿਆ ਨਹੀਂ ਹੁੰਦਾ ਹੁਣ ਮੱਚਿਆ ਨਹੀਂ ਹੁੰਦਾ ਉਹ ਆਪਾਂ ਜ਼ੋਰ ਉਹਦਾ ਲੱਗਾ ਨਹੀਂ ਹੁੰਦਾ ਅਤੇ ਆਪਾਂ ਕਹੀਦਾ ਆਪਾਂ ਬਾਰੀਆਂ ਗਿਣ ਲਈਆਂ 10 ਬਾਰੀਆਂ ਹੋ ਗਈਆਂ ਉਹਨੂੰ 2-3 ਬੰਦੀ ਵਾਲੀਆਂ ਪਾ ਕੇ ਉਹਨੂੰ ਪਾਣੀ ਉਹ ਸੁੱਜਣਾ ਹੀ ਆ ਭਾਈ ਸੁੱਜਣਾ ਹੀ ਹੈ ਨਾ ਜਾਂ ਤਾਂ ਉਹਨੂੰ ਮਾੜਾ ਮੋਟਾ ਕੁੱਟ ਕੇ ਉਡਾਉਣਾ ਪੈਂਦਾ ਜਾਨਵਰ ਨੂੰ ਭਾਈ ਹੈ ਨਾ ਹਰੇਕ ਚੀਜ਼ ਪਿਆਰ ਨਾਲ ਵੀ ਨਹੀਂ ਸਾਰੇ ਕਬੂਤਰ ਅਲੱਗ 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 ਉਹਦੇ ਵਾਸਤੇ ਫਿਰ ਆਪਾਂ ਕੀ ਕਰਦੇ ਹਾਂ ਜੇ ਸੁੱਜ ਜਾਵੇ ਤੇ ਸੁੱਜ ਜਾਵੇ ਤਾਂ ਭਾਈ ਉਹਨੂੰ ਇੱਕ ਤਾਂ ਉਸਤਾਦ ਨੇ ਦੱਸਿਆ ਜਿੱਦਾਂ ਵੀ ਪਤਾਸਾ ਲੈ ਲੈਣਾ ਹੈ ਉਹਨੂੰ ਘੁੱਟ ਕੇ ਕੂਸੇ ਪਾਣੀ ਜਿਹਾ ਨਾ ਘੋਲ ਕੇ ਹਾਂਜੀ ਉਹ ਦੇ ਕੇ ਉਹਨੂੰ 1-2 ਘੰਟੇ ਧੁੱਪੇ ਪਾ ਦੇਣਾ ਵਾ ਠੀਕ ਆ ਤਾਂ ਉਸ ਤੋਂ ਬਾਅਦ ਨਹੀਂ ਭਾਈ ਸੁੱਜਦਾ ਨਹੀਂ ਫਿਰ ਨਹੀਂ ਸੁੱਜਦਾ ਜਿੱਦਾਂ ਇੱਕ ਅੱਧੀ ਬੰਦੀ ਪਾ ਕੇ ਉਹਨੂੰ ਉਡਾ ਲਓ ਪਾਣੀ ਥੋੜ੍ਹਾ ਹਿਸਾਬ ਨਾਲ ਸ਼ਹਿਦ ਪਾ ਦਿਉ 2 ਬੂੰਦਾਂ ਵਿੱਚ ਪਾਣੀ ਦੇ ਤਾਂ ਥੋੜ੍ਹਾ ਪਾਣੀ ਲਾ ਕੇ ਉਹਨੂੰ ਉਡਾ ਦਿਉ ਤਾਂ ਨਹੀਂ ਕੋਈ ਫਿਰ ਨਹੀਂ ਸੁੱਜਦਾ ਇੱਕ ਚੀਜ਼ ਦਾ ਮੈਂ ਵੀ ਥੋੜ੍ਹਾ ਜਿਹਾ ਤਜਰਬਾ ਕੀਤਾ ਹੈਗਾ ਵੀ ਜੇਕਰ ਕਬੂਤਰ ਜਦੋਂ ਪਹਿਲਾਂ ਪਾਣੀ ਲਾਉਣਾ ਨਾ ਵਿੱਚ ਸ਼ਹਿਦ ਦੀਆਂ 1-2 ਬੂੰਦਾਂ ਪਾ ਹੀ ਲੈਣੀਆਂ ਚਾਹੀਦੀਆਂ ਭਾਈ ਜ਼ਰੂਰੀ ਆ ਭਾਈ ਆਮ ਬੰਦੇ ਹੈਗੇ ਜਿਹੜੇ ਭਰਾ ਨਹੀਂ ਪਤਾ ਹੈਗੇ ਉਹਨਾਂ ਦੀ ਜਾਣਕਾਰੀ ਦੇ ਲਈ ਹੈ ਜਦੋਂ ਆਪਾਂ ਕਬੂਤਰ ਜਿਹਨਾਂ ਨੂੰ ਨਹੀਂ ਜਾਣਕਾਰੀ ਬਾਕੀ ਆਪਾਂ ਵੱਡੇ ਉਸਤਾਦਾਂ ਤੋਂ ਸਿੱਖੀ ਹੈ ਜੀ ਉਹ ਭਾਜੀ ਜਾਣੀ ਹੈ ਨਾ 2 ਬੂੰਦਾਂ ਆਪਾਂ ਜਿੱਦਾਂ ਕਿਸੇ ਡ੍ਰੌਪ 'ਚ ਪਾ ਕੇ ਰੱਖ ਲਓ ਡਿੱਗ 'ਚ ਤਾਂ ਉਹ 2 ਬੂੰਦੇ ਜਦੋਂ ਆਪਾਂ ਪਤਾ ਕਬੂਤਰ ਨੂੰ ਪਾਣੀ ਲਾਉਣਾ 5 ml ਜਾਂ 7 ml ਜਿੰਨੇ ਤੋਂ ਸ਼ੁਰੂ ਕਰਨਾ ਪਾ ਉਹ 2 ਬੂੰਦਾਂ ਸਿੱਧੀ ਮੂੰਹ 'ਚ ਪਾ ਕੇ ਉਹਦੇ 'ਚ ਪਾਣੀ ਦੇ ਕੇ ਤਾਂ ਉਹਨੂੰ ਜਿੱਦਾਂ 5 ਮਿੰਟ ਦਾ ਜਾਲ 'ਚ ਫਿਰਦਾ ਰਹਿੰਦਾ ਫੇਰ ਛੱਡ ਦਿਓ ਫੇਰ ਛੱਡ ਤਾਂ ਨਹੀਂ ਸੁੱਜਦੇ ਭਾਈ ਜ਼ਿਆਦਾ ਕਬੂਤਰ ਜਿਹੜਾ ਕਬੂਤਰ ਜਿਹੜਾ ਇੱਦਾਂ ਆਪਾਂ ਜ਼ਿਆਦਾ ਕਬੂਤਰ ਉਡਾਉਂਦੇ ਆਪਾਂ ਨੂੰ ਨਹੀਂ ਵਿੱਚ ਪਤਾ ਲੱਗਦਾ ਛੇਤੀ ਪੈ ਜਾਂਦਾ ਮੱਚਿਆ ਨਹੀਂ ਹੁੰਦਾ ਉਹ ਸੁੱਜ ਜੂਗਾ ਜਿਹੜਾ ਕਬੂਤਰ ਪੂਰਾ ਮਚਾਇਆ ਹੋ ਗਿਆ ਆਪਾਂ ਪੂਰਾ ਖਿੱਚ ਲਿਆ ਉਹ ਨਹੀਂ ਸੁੱਜਦਾ ਬਾਕੀ ਜੱਗ ਦੇ ਵਿੱਚ ਤੁਸੀਂ ਪਾਣੀ ਪਾ ਕੇ ਜਦੋਂ ਸਟਾਰਟ ਕਰਨੇ ਆ ਆਪਾਂ ਮਤਲਬ ਲੱਗਦਾ ਸਾਨੂੰ ਵੀ ਅੱਜ ਅਸੀਂ ਕੁਝ 10-15 ਕਬੂਤਰਾਂ ਨੂੰ ਇਕੱਠਿਆਂ ਨੂੰ ਪਾਣੀ ਲਾਉਣਾ ਆ ਜੱਗ 'ਚ ਉਨੀਆਂ ਸਰਿੰਜਾਂ ਪਾ ਕੇ ਉਹਦੇ ਵਿੱਚ ਤੁਸੀਂ ਚਮਚਾ ਕੁ ਸ਼ਹਿਦ ਦਾ ਘੋਲ ਕੇ ਅਤੇ ਉਹ ਜਿਹੜਾ ਹੈਗਾ ਦੇ ਸਕਦੇ ਹਾਂ ਵੀ ਨੋਰਮਲ ਜਿਹੜਾ ਪਾਣੀ ਜਿਹੜਾ ਹੈਗਾ ਉਹ ਜਿਹੜਾ ਬੈਬਾਦੀ ਹੋ ਕੇ ਜਾਂ ਉਹਨਾਂ ਦੇ ਅੰਦਰ ਹੱਡਾਂ 'ਚ ਕਹਿੰਦੇ ਕਿ ਰਚ ਜਾਂਦਾ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਬੰਦੇ ਦੱਸਦੇ ਆ ਸਾਰੇ ਅਤੇ ਉਹਦੇ ਹਿਸਾਬ ਦੇ ਨਾਲ ਹੀ ਹੁੰਦਾ ਆ ਹਾਂਜੀ ਬਾਕੀ ਜਦੋਂ ਆਪਾਂ ਬਾਰੀਆਂ ਬੂਰੀਆਂ ਨੇ ਰਾਤ ਨੂੰ ਮਿਰਚਾਂ ਮੁਰਚਾਂ ਦੇ ਦੇਣੀਆਂ ਚਾਹੀਦੀਆਂ ਭੈਣ ਕੇ ਕਾਲੀ ਮਿਰਚ ਇੱਕ 2-2 ਮਿਰਚਾਂ ਹੈ ਨਾ ਰਾਤ ਨੂੰ ਦੇ ਦੇਣੀਆਂ ਚਾਹੀਦੀਆਂ 2-4 ਦਿਨ ਬਿਲਕੁਲ ਜੀ ਬੈਬਾਦੀ ਜਿਹੜੀ ਹੈਗੀ ਉਹ ਚੱਕੀ ਜਾਂਦੀ ਹੈਗੀ ਆ ਇਹ ਜਦੋਂ ਆਪਾਂ ਬਾਜੀਆਂ ਛੱਡਦੇ ਹਾਂ ਮੰਗੇ ਭਾਅ ਜੀ ਜਿੱਦਾਂ ਆਪਣਾ ਕਬੂਤਰਾਂ ਦੀਆਂ ਜ਼ਰੂਰੀ ਆ ਵੀ ਆਪਾਂ 5 ਮਤਲਬ ਆਪਣੇ 5 ਪਾਣੀਆਂ ਬਾਅਦ ਜਾਂ 6 ਪਾਣੀਆਂ ਬਾਅਦ ਆਪਾਂ ਕਬੂਤਰ ਬਾਜੀ ਛੱਡਣਾ ਹੀ ਛੱਡਣਾ ਭਾਈ ਯਾਰ ਚਾਹੇ ਕਿਸਮਤ ਕਹਿ ਲਓ ਜਾਂ ਕਿੱਦਾਂ ਰੱਬ ਦੀ ਮਿਹਰ ਕਹਿ ਲਓ ਭਾਈ ਹੈ ਨਾ ਮੈਂ ਨਹੀਂ ਕਦੀ ਬਾਰੀਆਂ ਨਹੀਂ ਗਿਣੀਆਂ ਭਾਈ ਮੈਂ ਕਈ ਵਾਰ 10-15 ਪਾਣੀ ਵੀ ਘਰੇ ਹੋ ਜਾਂਦੇ ਕਈ ਕੁੱਤਰ ਉਹ ਵੀ ਬਾਬੇ ਜਿੰਦੇ ਤੇ ਘਰੇ ਵੱਧ ਤੋਂ ਵੱਧ ਕਿੰਨਾ ਪਾਣੀ ਲਾਉਂਦੇ ਆਪਾਂ ਘਰੇ ਵੱਧ ਤੋਂ ਵੱਧ ਭਾਈ 30 ml ਦਾ 30 ml ਦਾ ਵੱਧ ਨਹੀਂ ਤੇ ਬਾਹਰ ਵੱਧ ਤੋਂ ਵੱਧ ਕਿੰਨਾ ਲਾਉਂਦੇ ਆਪਾਂ ਬਾਹਰ ਭਾਜੀ ਵੱਧ ਤੋਂ ਵੱਧ 80-80 ml 90-90 ml ਦੇ ਲਾ ਕੇ ਕੁੱਤਰਾਂ ਪੋਟੇ ਦੇ ਹਿਸਾਬ ਨਾਲ ਭਾਜੀ ਸਹੀ ਆ ਤੇ ਬਾਬੇ ਦੀ ਮਿਹਰ ਨਾਲ ਭਾਜੀ ਆਪਣਾ ਕਦੇ ਉਲੇ ਤੇ ਡਿੱਗਿਆ ਡਿੱਗਿਆ ਕਿਤੇ ਭਾਵੇਂ ਕਿਤੇ ਜਿੱਦਾਂ 100 ਬਾਜੀ ਮਗਰ ਕਿਤੇ 1-2 ਬਾਜੀਆਂ ਵਾਲੇ ਤਾਂ ਭਾਵੇਂ ਕਿਤੇ ਡਿੱਪ ਪਿਆ ਹੋਊਗਾ ਉਹ ਵੀ ਜਿੱਦਾਂ ਮੁੰਡੇ ਨਵੇਂ ਜਾਂਦੇ ਨਾ ਉੱਲਾ ਨਹੀਂ ਮਾਰਨਾ ਉਹਦਾ ਨਿਆਣਿਆਂ ਨੂੰ ਕਈ ਵੇਲੇ ਹੈ ਨਾ ਇੱਕ ਹੋਰ ਕਾਰਨ ਵੀ ਮੈਂ ਦੇਖਿਆ ਗਾ ਉੱਲੇ ਤੇ ਡਿੱਗਣ ਦਾ ਭਾਈ ਆਪਣੇ ਨਾਲ ਹੋਈ ਸੀ ਹਾਂਜੀ ਆਪਾਂ ਜਦੋਂ ਬਹੁਤੇ ਖਿਡਾਰੀਆਂ ਨੂੰ ਨਾ ਜਿਹੜੇ ਨਵੇਂ ਖਿਡਾਰੀ ਆ ਫਿਰ ਦੱਸ ਦਈਏ ਵੀ ਉਸਤਾਦਾਂ ਨੂੰ ਨਹੀਂ ਆਪਾਂ ਕਹਿ ਰਹੇ ਕਿਉਂਕਿ ਬੰਦੇ ਕਈ ਵਾਰ ਗੱਲ ਚੱਕ ਲੈਂਦੇ ਆ ਬਹੁਤ ਵੱਡੇ ਆਪਣੇ ਸੀਨੀਅਰ ਬਹੁਤ ਠੀਕ ਆ ਨਾ ਆਪਾਂ ਸਿੱਖੇ ਆ ਹਾਂਜੀ ਸਿੱਖਦੇ ਆ ਲੈ ਭਾਈ ਤੇ ਜਿਹੜਾ ਪਾਣੀ ਲਾਉਣਾ ਨਾ ਜਿੰਨਾ ਕੁ ਆਪਾਂ ਤਜਰਬਾ ਕੀਤਾ ਤੁਹਾਡੀ ਜਾਣਕਾਰੀ ਲਈ ਆ ਚੁੰਡੀ ਆਪਾਂ ਕਹਿ ਦਿੰਦੇ ਹਾਂ ਯਾਰ ਚੁੰਡੀ ਭਰ ਕੇ ਲਾ ਦਿਓ ਹੁਣ ਉਹਨਾਂ ਨੂੰ ਚੁੰਡੀ ਪਹਿਲਾਂ ਬਾਈ ਭਰ ਕੇ ਦੱਸਿਆ ਵੀ ਕਰੋ ਬਾਈ ਇੰਨੀ ਕੁ ਚੁੰਡੀ ਲਾਉਣੀ ਆ ਉਹ ਚੁੰਡੀ ਬਹੁਤ ਮੋਟੀ ਲਾ ਦਿੰਦੇ ਆ ਜਦੋਂ ਮੋਟੀ ਚੁੰਡੀ ਲੱਗਦੀ ਆ ਉਹ ਤਾਂ ਜੋੜ ਦਿੰਦੀ ਆ ਉਹ ਸਵੇਰ ਨੂੰ ਉੱਡਦਾ ਹੀ ਨਹੀਂ ਉੱਡਦਾ ਹੀ ਨਹੀਂ ਹੈਗਾ ਭਾਈ ਉਹ ਹਿੱਲਦਾ ਹੀ ਨਹੀਂ ਉਹਨਾਂ ਦੇ ਨਾ ਗੈਸ ਭਰ ਜਾਂਦੀ ਆ ਪੋਟੇ 'ਚ ਕਹਿੰਦੇ ਹਵਾ ਭਰ ਗਈ ਪੋਟੇ 'ਚ ਹਾਂਜੀ ਉਹਦਾ ਕਾਰਨ ਆ ਵੀ ਬੈਬਾਦੀ ਇੰਨੀ ਜ਼ਿਆਦਾ ਹੋ ਜਾਂਦੀ ਆ ਸਰੀਰ ਇਕੱਠਾ ਹੋ ਜਾਂਦਾ ਉਹ ਤੁਸੀਂ ਇਦਾਂ ਸੁੱਟਦੇ ਹੋ ਡਿੱਗਦਾ ਹੀ ਜਾਂਦਾ ਉਹ ਉੱਥੇ ਜਾ ਕੇ ਨਵੇਂ ਬੰਦੇ ਨੂੰ ਇਹ ਹੋ ਜਾਂਦਾ ਵੀ ਕਦੇ ਜ਼ਿਆਦਾ ਪਾਣੀ ਘੋਲ ਕੇ ਤਾਂ ਫਿਰ ਵੱਧ ਉੱਡ ਜਾਊਗਾ ਉਹ ਨਹੀਂ ਹੈਗਾ ਭਾਈ ਉਹ ਜਿਹੜੀ ਚੀਜ਼ ਜਿੱਦਾਂ ਉਸਤਾਦਾਂ ਨੇ ਕਹੀ ਆ ਉਹਨਾਂ ਨੂੰ ਤਸੱਲੀ ਨਾ ਪਹਿਲਾਂ ਸਿੱਖੋ ਫੇ ਕਰੋ ਧੱਕਾ ਨਾ ਕਰੋ ਜਾਨਵਰ ਹਨਾ ਆਪਾਂ ਗੱਲ ਖਿਡਾਰ ਤੇ ਕਰਨ ਦੇ ਆ ਵੀ ਖਿਡਾਰ ਬਾਰੇ ਪੂਰੀ ਜਾਣਕਾਰੀ ਦੇਣ ਦੇ ਦਿਆਂ ਕੱਲੀ ਕੱਲੀ ਚੀਜ਼ ਸਟਾਰਟਿੰਗ ਤੋਂ ਦੱਸਣ ਦੇ ਨੇ ਤੁਹਾਨੂੰ ਕਿੱਦਾਂ ਚਲਾਣੇ ਆ ਕਬੂਤਰ ਕਿੱਦਾਂ ਡਾਉਣੇ ਆ ਸਹੀ ਗੱਲ ਚੁੰਡੀ ਨਾ ਭਾਈ ਜੇ ਕਿਸੇ ਨੇ ਬੰਨ੍ਹ ਦਿੱਤਾ ਆਪਾਂ ਚੁੰਡੀ ਚਮਚਾ ਵੀ ਭਰ ਸਕਦੇ ਹਾਂ ਹਾਂ
ਤੇ ਦੂਜੀ ਗੱਲ ਆ ਜਿਹੜੇ ਕਬੂਤਰਾਂ ਨੂੰ ਆਪਾਂ ਬਦਾਮ ਪਾਉਣੇ ਆ ਜਦੋਂ ਕਬੂਤਰ ਉੱਡ ਕੇ ਆ ਗਿਆ ਬਾਈ ਜੀ ਉਹਨਾਂ ਦਾ ਗਲਾ ਸਾਫ਼ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਬਹੁਤੇ ਖਿਡਾਰੀ ਕੀ ਕਰਦੇ ਆ ਸਿੱਧਾ ਹੀ ਜਿਹੜੇ ਨਵੇਂ ਖਿਡਾਰੀ ਆ ਸਿੱਧਾ ਹੀ ਪਾਣੀ ਪਿਲਾ ਦਿੰਦੇ ਆ ਦਸ ਪੰਦਰਾਂ ਮਿੰਟ ਬਾਅਦ ਜਾਂ ਜਿਸਲੇ ਵੀ ਪਿਲਾਉਂਦੇ ਆ ਬਾਈ ਉਹਨਾਂ ਦੇ ਅੰਦਰ ਨਾ ਜਿੰਨਾ ਵੀ ਗਰਦਾ ਹੁੰਦਾ ਨਾ ਉਹ ਅੰਦਰ ਚੱਲ ਜਾਂਦਾ ਅਤੇ ਉਹ ਜ਼ਹਿਰ ਦਾ ਕੰਮ ਕਰਦਾ ਫਿਰ ਉਹਦੀ ਉਡਾਰ ਵੱਧਦੀ ਨਹੀਂ ਜਦਕਿ ਕਬੂਤਰ ਦੀ ਉਡਾਰ ਘੱਟਦੀ ਆ ਫਿਰ ਕਹਿੰਦੇ ਯਾਰ ਸਾਡੇ ਸਿੱਪ ਲੱਗ ਗਈ ਕਬੂਤਰ ਨੂੰ ਸੋਕਾ ਲੱਗ ਗਿਆ ਹੱਡੀ ਨਿਕਲ ਗਈ ਉਹਦਾ ਵੱਡਾ ਕਾਰਨ ਇਹ ਹੁੰਦਾ ਗਲਾ ਸਾਫ਼ ਕਰਨਾ ਬਹੁਤ ਜ਼ਰੂਰੀ ਆ ਉਦੋਂ ਭਾਜੀ ਬਾਡੀ ਦਾ ਸੀਜ਼ਨ ਹੁੰਦਾ ਜਦੋਂ ਆਪਾਂ ਕੱਢਦੇ ਆ ਨਾ ਬਾਡੀ ਦਾ ਸੀਜ਼ਨ ਹੁੰਦਾ ਆਪਾਂ ਹੀ ਹੁਣ ਜੇ ਆਪਾਂ ਹੀ ਬਾਹਰ ਨੂੰ ਗੇੜਾ ਮੋਟਰ ਛੱਲ ਦੇ ਕੱਢ ਲਏ ਤਾਂ ਆਪਣੇ ਮੂੰਹ ਨੱਕ ਭਰ ਜਾਂਦਾ ਭਰ ਜਾਂਦਾ ਤੇ ਜਾਨਵਰ ਨੇ ਕਰਦਾ ਉੱਤੇ ਜਾਂਦਾ ਉਹ ਸਾਰਾ ਜਦੋਂ ਆਪਾਂ ਕੱਢ ਦੇਖੀ ਦਾ ਜਾਂ ਮੂੰਹ ਭਰੇ ਹੁੰਦੇ ਆ ਜਾਨਵਰ ਜਦੋਂ ਉੜ ਕੇ ਆਉਂਦੇ ਜਿਹੜਾ ਵੱਧ ਉੜ ਕੇ ਆਉਂਦੇ ਹਨ ਕੱਪੜੇ ਦੀ ਬੱਤੀ ਬਣਾ ਕੇ ਰੱਖਣੀ ਆ ਗਿੱਲੀ ਕਰਕੇ ਰੱਖੋ ਗਲਾਸ 'ਚ ਡੋਬ ਕੇ ਰੱਖੋ ਦੋ ਤਿੰਨ ਵਾਰ ਗਲੇ 'ਚ ਫਿਰ ਉਹ ਕੋਟਾ ਅੰਦਰ ਤੱਕ ਉਹ ਸਾਫ਼ ਕਰ ਦਿੰਦੀ ਆ ਕੋਟਨ ਦੇ ਕੱਪੜੇ ਦੀ ਬਣਾਉਣੀ ਆ ਕੋਟਨ ਦੇ ਕੱਪੜੇ ਜਿਹੜਾ ਚੌਲ ਪੁਣਨ ਵਾਲਾ ਹੁੰਦਾ ਨਾ ਹਲਵਾਈਆਂ ਨੇ ਰੱਖਿਆ ਹੁੰਦਾ ਉਹਦੀ ਵੀ ਬਣਾ ਸਕਦੇ ਆ ਕੱਪੜੇ ਦੀ ਜਾਂ ਕੋਟਨ ਦਾ ਮਿਲ ਜਾਂਦੇ ਭਾਈ ਕੱਪੜੇ ਬਹੁਤ ਮਤਲਬ ਕੋਟਨ ਨੂੰ ਕਈ ਦੂਸਰੀ ਹੁੰਦੀ ਖੁਰਦਰੀ ਜੀ ਫਿਰ ਨੋਰਮਲ ਲੈਣੀ ਆ ਧੋਲਵੇ ਹੈ ਨਾ ਹਾਂਜੀ ਜੇ ਆਪਾਂ ਲਿਆਉਂਦੇ ਹੋ ਆਪਾਂ ਲਿਆਈਦਾ ਬਾਜ਼ਾਰ ਉਹਦਾ ਕੱਪੜਾ ਖੁਰਦਲਾ ਜੇ ਹੁੰਦਾ ਉਹਨੂੰ ਧੋ ਕੇ ਆਲ ਮਤਲਬ ਜਦੋਂ ਮੰਡੀ 'ਚ ਕੱਢ ਕੇ ਫਿਰ ਉਹ ਸੋਫਟ ਹੋ ਜਾਂਦੇ ਜਾਂ ਇੱਕ ਜਿਹੜੀ ਡਾਕਟਰ ਵਾਲੀ ਪੱਟੀ ਹੁੰਦੀ ਆ ਨਾ ਹਾਂਜੀ ਪੱਟੀ ਲੈ ਲਓ ਤੁਸੀਂ 4 ਇੰਚੀ ਚੌੜੀ ਵਾਲੀ ਉਹਦੀ ਬਹੁਤ ਸੋਹਣੀ ਬਣਦੀ ਆ ਉਹ ਵੀ ਵਧੀਆ ਉਹ ਸਾਰਿਆਂ ਨਾਲੋਂ ਵਧੀਆ ਹੈਗੀ ਆ ਪਿਓਰ ਕੋਟਨ ਉਹ ਪਿਓਰ ਕੋਟਨ ਹੁੰਦੀ ਆ ਉਹਦੀ ਵਧੀਆ ਬਣ ਜਾਂਦੀ ਆ ਬਾਜੀ ਉਹ ਤੋਂ ਬਾਅਦ ਮੰਗੇ ਭਾਜੀ ਆ ਗਿਆ ਕਬੂਤਰ ਆਪਾਂ ਬਾਜੀ ਸਵੇਰ ਨੂੰ ਛੱਡਤਾ ਪਾਣੀ ਜਿੰਨਾ ਦੇਣਾ ਹੈਗਾ ਸੀ ਦੇ ਦਿੱਤਾ ਹਾਂਜੀ ਠੀਕ ਆ ਜੀ ਰਾਤ ਨੂੰ ਜਿਹੜਾ ਹੈਗਾ ਸੀ ਆਪਾਂ ਕਬੂਤਰ ਸਾਂਭਤਾ ਜਿੰਨੇ ਵਜੇ ਵੀ ਸਾਂਭਣਾ ਹੈਗਾ ਕਿਉਂਕਿ ਹਰ ਕਿਸੇ ਦਾ ਜਿਹੜਾ ਪਾਣੀ ਆ ਉਹ ਟਾਈਮ ਟੂ ਟਾਈਮ ਉਹਦੇ ਹਿਸਾਬ ਨਾਲ ਲੱਗਦਾ ਆਪੋ ਆਪਣਾ ਟਾਈਮ ਆ ਹਰ ਕਿਸੇ ਦਾ ਹੈਗਾ ਸਵੇਰ ਨੂੰ ਤੁਸੀਂ ਕਬੂਤਰ ਛੱਡਣ ਲੱਗੇ ਪਲਟਦੇ ਪਲਟਦੇ ਹਾਂਜੀ ਜਿਹੜਾ ਜਿੱਦਾਂ ਆਪਾਂ ਪਾਣੀ ਦਿੱਤਾ ਹੁੰਦਾ ਹੈ ਨਾ ਗਰਦ ਜਿਹੜੀ ਸਾਫ਼ ਹੋ ਜਾਏ ਹਾਂਜੀ ਹਾਂਜੀ ਜੇ ਉਹ ਹੋਵੇ ਪੋਟੇ ਵਿੱਚ ਜੇ ਖਿੱਚ ਜਾਵੇ ਉਹ ਤਾਂ ਫਿਰ ਉਹਦੇ ਪਾਣੀ ਲੈ ਕੇ ਛੱਡ ਉਹਨੂੰ ਦੇਖ ਲਈ ਰਾਇਆ ਛੱਡਣ ਲੱਗੇ ਹਾਂਜੀ ਜੇ ਉਹਦੇ ਹੋਵੇ ਪੋਟੇ 'ਚ ਰਾਤ ਵਾਲਾ ਪਾਣੀ ਦਿੱਤਾ ਉਹ ਪਾਲਟ ਕੇ ਭਾਈ ਛੱਡ ਦਿੰਦੇ ਠੀਕ ਆ ਠੀਕ ਆ ਜੇ ਕਬੂਤਰ ਨੂੰ ਤੁਸੀਂ ਮਤਲਬ ਰਾਤ ਨੂੰ ਕੂਲਰ ਕਲਰ ਅੱਗੇ ਵੀ ਰੱਖਦੇ ਆ ਕਿ ਜਾਂ ਕਿੱਥੇ ਰੱਖਦੇ ਹੋ ਜਿਹੜਾ ਸਾਂਭਦੇ ਹੋ ਕਬੂਤਰ ਉਹ ਕਿੱਥੇ ਰੱਖਦੇ ਹੋ ਰਾਤ ਨੂੰ ਪਿੰਜਰੇ 'ਚ ਪਾ ਨਹੀਂ ਭਾਈ ਕੂਲਰ ਕਲਰ ਮੂਹਰੇ ਤਾਂ ਕਦੀ ਨਹੀਂ ਰੱਖਿਆ ਹੈਗਾ ਭਾਈ ਹਾਂ ਉਹਦੇ ਜਿੱਦਾਂ ਕਮਰੇ ਵਿੱਚ ਜਿੱਦਾਂ ਹੁੰਦਾ ਉੱਥੇ ਬਸ ਜਿੱਦਾਂ ਗਰਮੀ ਹੈ ਯਾਰ ਬੜੀ ਹੁੰਦੀ ਆ ਕਮਰੇ ਦੇ ਵਿੱਚ ਕਮਰੇ 'ਚ ਹੁੰਦੀ ਤਾਂ ਉੱਤੇ ਪੱਖਾ ਚੱਲਦਾ ਹੁੰਦਾ ਆਪਣੇ ਜਿਹੜਾ ਠੀਕ ਆ ਨੋਰਮਲ ਹਾਂ ਨੋਰਮਲ ਜਿਹੜਾ ਆਪਣੇ ਉੱਪਰ ਚੱਲਦੇ ਹੁੰਦਾ ਪੱਖਾ ਉੱਥੇ ਬਸ ਸਾਈਡ 'ਤੇ ਰੱਖੇ ਹੁੰਦੇ ਪਿੰਜਰੇ ਸਾਹਮਣ ਵਾਲੇ ਕੂਲਰ ਉੱਥੇ ਉਹਦੇ ਉੱਪਰ ਜਿਹੜਾ ਪਰਨਾ ਪਾਉਂਦੇ ਆਪਾਂ ਉਹ ਗਿੱਲਾ ਕਰਕੇ ਪਾਉਂਦੇ ਆ ਉਹ ਗਿੱਲਾ ਕਰਕੇ ਪਾਉਂਦੇ ਆ ਭਾਈ ਉਹ ਟਾਈਮ ਦੇ ਹਿਸਾਬ ਨਾਲ ਥੋੜ੍ਹਾ ਟਾਈਮ ਹੀ ਪਾਉਂਦੇ ਆ ਭਾਈ ਜ਼ਿਆਦਾ ਨਹੀਂ ਉਹਨੂੰ ਗਿੱਲਾ ਕਰਕੇ ਉੱਡੇ ਹੀ ਰੱਖਣਾ ਚਾਹੀਦਾ ਠੀਕ ਆ ਥੋੜ੍ਹਾ ਆਪਣੇ ਹਿਸਾਬ ਨਾਲ ਹੀ ਰੱਖਣ ਉਸ ਦੇ ਹਿਸਾਬ ਨਾਲ ਕਬੂਤਰ ਰਿਲੈਕਸ ਰਹੇ ਹਾਂ ਉਹ ਹਿਸਾਬ ਨਾਲ ਉਹਨਾਂ ਦੇ ਰਿਲੈਕਸ ਕਰਾ ਕੇ ਜਿੰਨਾ ਕੁ ਉਹਨੂੰ ਚਾਹੀਦਾ ਹੁੰਦਾ ਕਰ ਦਈਦਾ ਸਹੀ ਹੈ ਸਹੀ ਆ ਤੇ ਜਿਸਲੇ ਮੰਗੇ ਭਾਜੀ ਕਬੂਤਰ ਉੱਡ ਕੇ ਆ ਜਾਂਦਾ ਬਾਜੀ ਤੋਂ ਆਪਾਂ ਫੜਦੇ ਆ ਕਈ ਵਾਰ ਕਬੂਤਰ ਦਾ ਜਿੱਦਾਂ ਬਹੁਤ ਜ਼ਿਆਦਾ ਜ਼ੋਰ ਹੋ ਜਾਂਦਾ ਆ ਹਾਂਜੀ ਉਹਲੇ ਤਾਂ ਕਈ ਲੋਕ ਕਬੂਤਰ ਮਾਰ ਪੈਂਦੇ ਨੇ ਹਾਂਜੀ ਤੇ ਆਪਾਂ ਫਿਰ ਉਹਨੂੰ ਕੀ ਦਿੰਦੇ ਆਏ ਨੂੰ ਆਏ ਕਬੂਤਰ ਨੂੰ ਕੀ ਦੇਈਦਾ ਆਏ ਨੂੰ ਤਾਂ ਭਾਈ ਯਾਰ ਉਹਦੀ ਪਹਿਲਾਂ ਖਿੱਚਾ ਧੋਈ ਨਾ ਕਰੋ ਉਹਨੂੰ ਰਿਲੈਕਸ ਹੋ ਕੇ ਉਹਨੂੰ ਪਹਿਲਾਂ ਬਹਿਣ ਦੇ ਥੱਲੇ ਉਹਨਾਂ ਆਪਣਾ ਗਿੱਲਾ ਕਰ ਦਿਓ ਮੈਟ ਕਰ ਦਿਓ ਥੋੜ੍ਹਾ ਗਿੱਲਾ ਗਿੱਲਾ ਕੱਪੜਾ ਪਾ ਦਿਓ ਉਹਦੇ ਥੱਲੇ ਮੂੰਹ 'ਚ ਬੱਤੀ ਬੁੱਤੀ ਫੇਰ ਕੇ ਉਹਦੇ ਉਹਨੂੰ ਰਿਲੈਕਸ ਹੋਣ ਦਿਓ ਪਹਿਲਾਂ 8-10 ਮਿੰਟ 15 ਮਿੰਟ ਤੇ ਜਦੋਂ ਆਪਾਂ ਆਉਂਦੇ ਆਪਾਂ ਘਰ ਵਰਜੀ ਦਾ ਵੀ ਕਬੂਤਰ ਦਾ ਜ਼ੋਰ ਲੱਗਾ ਉਹਦੇ ਪੂਛ ਖਿੱਚ ਕੇ ਖੰਭ ਖਿੱਚ ਕੇ ਉਹਦਾ ਉਦੋਂ ਜਾਨਵਰ ਮਾਰਦਾ ਭਾਈ ਜੇ ਪਹਿਲਾਂ ਰਿਲੈਕਸ ਹੋ ਜਾਊਗਾ ਉਹ ਮਾੜਾ ਜਿਹਾ ਮੂੰਹ ਬੰਦ ਹੋ ਜਾਵੇ ਉਹਨੂੰ ਥੋੜ੍ਹਾ ਪਾਣੀ ਕਰਕੇ ਪਿਲਾਓ ਥੋੜ੍ਹਾ ਥੋੜ੍ਹਾ ਕਰਕੇ ਦੇਣਾ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਿਲਾਓ ਵਿੱਚ ਥੋੜ੍ਹੀ ਜਿਹੀ ਆਪਾਂ ਗਲੂਕੋਨ ਡੀ ਪਾ ਸਕਦੇ ਹਾਂ ਗਲੂਕੋਜ ਡੀ ਪਾ ਲੈਣਾ ਵਿੱਚ ਵੀਰ ਜੀ ਡੀ ਪਾ ਲੈਣਾ ਹੈ ਨਾ ਤਾਂ ਉਹ ਥੋੜ੍ਹਾ ਥੋੜ੍ਹਾ ਕਰਕੇ ਪਿਲਾਓ ਭਾਈ ਤਾਂ ਜੇ ਨਹੀਂ ਖਿੱਚਦਾ ਇੱਕ ਦੂਰੀ ਉਹਨੂੰ ਪਾਲਟ ਵੀ ਦਿਓ ਪਾਣੀ ਗਰਮ ਹੋਇਆ ਤਾਂ ਨਹੀਂ ਜਾਨਵਰ ਨੂੰ ਜੇ ਆਪਾਂ ਉਹਨੂੰ ਆਉਂਦੇ ਨੂੰ ਆਪਾਂ ਜੋ ਪੈ ਜੀ ਦਾ ਵੀ ਜ਼ੋਰ ਲੱਗ ਗਿਆ ਹੋ ਗਿਆ ਉਦੋਂ ਜਾਨਵਰ ਆਪਾਂ ਖਰਾਬ ਕਰ ਮੁੱਕਦੀ ਆ ਹਰ ਕਿਸੇ ਦਾ ਆਪੋ ਆਪਣਾ ਤਰੀਕਾ ਆ ਗੱਲਾਂ ਉਹੀ ਹੁੰਦੀਆਂ ਆ ਚਾਹੇ ਮੈਂ ਪੁੱਛ ਲਈਆਂ ਚਾਹੇ ਕਿਸੇ ਹੋਰ ਆਪਣੇ ਭਰਾ ਨੇ ਇੰਟਰਵਿਊ ਕਰਨ ਵਾਲਿਆਂ ਨੇ ਪੁੱਛ ਲਈਆਂ ਆ ਜਾ ਕੇ ਉਹੀ ਹੁੰਦੀਆਂ ਗੱਲਾਂ ਨੂੰ ਸਮਝਣ ਦੀ ਗੱਲ ਆ ਬਾਰ ਬਾਰ ਜਿਹੜਾ ਹੈਗਾ ਤੁਹਾਡੇ ਮਾਇੰਡ ਦੇ ਵਿੱਚ ਉਹ ਗੱਲਾਂ ਆਪਾਂ ਤੁਹਾਨੂੰ ਜਦੋਂ ਦੁਹਰਾਉਂਦੇ ਆ ਤੇ ਤੁਹਾਨੂੰ ਚੇਤਾ ਹੋ ਜਾਂਦੀਆਂ ਵੀ ਉਹ ਬੰਦੇ ਨੇ ਇਹ ਗੱਲ ਕਹੀ ਸੀ ਉਹ ਚੀਜ਼ ਫਿਰ ਤੁਹਾਨੂੰ ਔਖੇ ਟਾਈਮ ਤੇ ਕੰਮ ਜਿਹੜੀ ਉਹ ਆਉਂਦੀ ਹੈਗੀ ਆ ਠੀਕ ਆ ਜੀ ਇੱਕ ਦੋ ਚੀਜ਼ਾਂ ਮੈਂ ਦੱਸ ਦੇਣਾ ਚਾਹੁੰਦਾ ਕਬੂਤਰ ਕਦੇ ਵੀ ਆਪਾਂ ਕਿਤੋਂ ਲੈ ਕੇ ਆਉਂਦੇ ਆ ਸਿੱਧਾ ਆਪਣੇ ਕਬੂਤਰਾਂ 'ਚ ਨਹੀਂ ਛੱਡਣਾ ਇੱਕ ਵੱਖਰਾ ਪਿੰਜਰਾ ਬਣਾਓ 10-15 ਦਿਨ ਉਸ ਪਿੰਜਰੇ 'ਚ ਰੱਖੋ ਮੈਟਰੋਜਲ ਦੀਆਂ ਗੋਲੀਆਂ ਲੇ 52 ਅਤੇ ਐਨਰੋਫਲੋਕਸਿਨ ਇਹ ਉਹਨਾਂ ਨੂੰ ਘੱਟੋ ਘੱਟ 5 ਦਿਨ ਲਗਾਤਾਰ ਜ਼ਰੂਰ ਦਿਓ ਉਹਨਾਂ ਦੇ ਅੰਦਰ ਜਿਹੜੀ ਇਨਫੈਕਸ਼ਨ ਆ ਪਾਉਣ ਪਾਣੀ ਆ ਜਿਹੜਾ ਉਹ ਚੇਂਜ ਹੋ ਜਾਵੇ ਅਤੇ ਤੁਹਾਡੇ ਘਰ ਵਾਲਾ ਪਾਉਣ ਪਾਣੀ ਜਿਹੜਾ ਉਹ ਐਡਜਸਟ ਕਰ ਸਕੇ ਠੀਕ ਹੈ ਜੀ ਅਤੇ ਬਾਈ ਜੀ ਆਪਾਂ ਜਿਹੜਾ ਪਾਰਟ 2 ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਾਈ ਦੇ ਕਬੂਤਰ ਕਿਉਂਕਿ ਵੀਡੀਓ ਲੰਬੀ ਹੋ ਜਾਏਗੀ
ਇਹਦੇ ਵਿੱਚ ਆਪਾਂ ਤੁਹਾਨੂੰ ਪੂਰੀ ਲਗਭਗ ਖਿਡਾਰ ਦੱਸੀ ਆ। ਜੇਕਰ ਕੋਈ ਤੁਹਾਡੇ ਦਿਲ ਦੇ ਵਿੱਚ ਗੱਲ ਹੋਵੇ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋਵੋ, ਉਹ ਵੀ ਪੁੱਛ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦਾ ਹੱਲ ਕੀਤਾ ਜਾਊਗਾ। ਜਿੰਨੀ ਕੁ ਜਾਣਕਾਰੀ ਸਾਨੂੰ ਆ, ਜੋ ਮੰਗੇ ਭਾਜੀ ਨੂੰ ਸੀ, ਜੋ ਉਸਤਾਦਾਂ ਨੇ ਸਿਖਾਇਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ। ਅਤੇ ਵੀਡੀਓ ਨੂੰ ਲਾਈਕ ਵੀ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ, ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ। ਅਤੇ ਨਵੀਂ ਵੀਡੀਓ ਵੀਰ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਅਤੇ ਪਾਰਟ 2 ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਮੰਗੇ ਵੀਰ ਦੇ ਕਬੂਤਰ। ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।